ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਐਮਰਜੈਂਸੀ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ 3 ਜੂਨ ਸੋਮਵਾਰ ਦੀਆਂ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਪੰਜਾਬ ਦੇ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਵੀ ਗਰਮੀ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਹੀ ਕਰ ਰਹੀ ਹੈ ਤੇ ਮੌਸਮ ਦੀ ਤਾਜ਼ਾ ਭਵਿੱਖਬਾਣੀ ਦੇ ਮੁਤਾਬਕ 5 ਤੇ 6 ਜੂਨ ਨੂੰ ਪੈਣ ਵਾਲੇ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਮੁਤਾਬਕ 6 ਜੂਨ ਤੱਕ ਤਾਪਮਾਨ 3 ਤੋਂ 5 ਡਿਗਰੀ ਤੱਕ ਘੇਠਾ ਆ ਸਕਦਾ ਹੈ ਪੰਜਾਬ ਦੇ ਵਿੱਚ 4 ਜੂਨ ਤੱਕ ਹੀਟ ਵੇਵ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਪੰਜਾਬ ਦੇ 3 ਜ਼ਿਲ੍ਹੇ ਮਾਨਸਾ ਬਰਨਾਲਾ ਤੇ ਲੁਧਿਆਣਾ ਦੇ ਵਿੱਚ ਅੱਜ ਹੀਟ ਵੇਵ ਦਾ ਔਰੇਂਜ ਅਲਰਟ ਸੀ ਜਦਕਿ 6 ਹੋਰ ਜ਼ਿਲ੍ਹੇ ਬਠਿੰਡਾ ਮੋਗਾ ਸ੍ਰੀ ਮੁਕਤਸਰ ਫਰੀਦਕੋਟ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ ਹੀਟ ਵੇਵ ਦੇ ਨਾਲ-ਨਾਲ ਮੀਂਹ ਤੇ ਤੇਜ਼ ਹਨੇਰੀ ਦੀ ਸੰਭਾਵਨਾ ਸੀ ਪਰ ਮੀਂਹ ਦੀ ਖਬਰ ਕਿਤੋਂ ਘਾਟ ਹੀ ਮਿਲੀ ਹੈ ਸਾਨੂੰ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਅੱਜ ਸਵੇਰ ਦਾ ਤਾਪਮਾਨ ਪੰਜਾਬ ਦੇ ਵਿੱਚ 1% ਵਧਿਆ ਹੈ ਜਿਸ ਦੀ ਵਜ੍ਹਾ ਕਰਕੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਧ 30 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹਰਿਆਣਾ ਦੇ ਵਿੱਚ ਵੀ 5 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਅੱਜ ਸਵੇਰ ਦਾ ਤਾਪਮਾਨ ਇੱਥੇ 0.1 ਡਿਗਰੀ ਵਧਿਆ ਹੈ हिमाचल ਤੋਂ ਮੌਸਮ ਨੂੰ ਲੈ ਕੇ ਚੰਗੀ ਖਬਰ ਹੈ ਅਗਲੇ 5 ਦਿਨ ਪਹਾੜਾਂ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਹੈ ਹਨੇਰੀ ਤੇ ਤੂਫਾਨ ਦਾ ਵੀ ਅਲਰਟ ਹੈ ਮੱਧ ਪ੍ਰਦੇਸ਼ ਦੇ 35 ਜ਼ਿਲ੍ਹਿਆਂ ਦੇ ਵਿੱਚ ਹਨੇਰੀ ਦੇ ਨਾਲ ਨਾਲ ਮੀਂਹ ਦਾ ਅਲਰਟ ਹੈ ਰਾਜਸਥਾਨ ਦੇ ਵਿੱਚ ਹਨੇਰੀ ਮੀਂਹ ਤੇ ਗੜੇਮਾਰੀ ਦੀ ਵਜ੍ਹਾ ਕਰਕੇ ਤਾਪਮਾਨ ਡਿੱਗਿਆ ਹੈ ਅੱਜ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਂਦਾ ਰਿਹਾ ਕੱਲ ਤੋਂ 2 ਦਿਨ ਤੱਕ ਮੌਸਮ ਸਾਫ਼ ਰਹੇਗਾ ਉੜੀਸਾ ਦੇ ਵਿੱਚ ਪਿਛਲੇ 3 ਦਿਨਾਂ ਦੌਰਾਨ ਲੂ ਲੱਗਣ ਕਰਕੇ 20 ਲੋਕਾਂ ਦੀ ਜਾਨ ਚਲੀ ਗਈ ਹੈ ਕਿਉਂਕਿ ਸੂਬਾ ਅੱਤ ਦੀ ਗਰਮੀ ਨਾਲ ਇਸ ਵਕਤ ਜੂਝ ਰਿਹਾ ਹੈ ਸ਼ੁੱਕਰਵਾਰ ਤੋਂ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੂ ਲੱਗਣ ਕਾਰਨ ਕੁੱਲ 99 ਜਣਿਆਂ ਦੀ ਜਾਨ ਚਲੀ ਗਈ ਹੈ ਪੂਰੇ ਭਾਰਤ ਦੇ ਵਿੱਚ ਮਾਰਚ 2024 ਤੋਂ ਲੈ ਕੇ ਮਈ 2024 ਤੱਕ ਅਤਿ ਦੀ ਗਰਮੀ ਕਰਕੇ ਲੂ ਲੱਗਣ ਕਰਕੇ 25000 ਲੂ ਲੱਗਣ ਦੇ 25000 ਮਾਮਲੇ ਸਾਹਮਣੇ ਆਏ ਤੇ 56 ਲੋਕਾਂ ਦੀ ਜਾਨ ਜਾਣ ਦੀ ਖਬਰ ਹੈ ਭਾਰਤ ਦੇ ਵਿੱਚ ਕਿਤੇ ਅਤਿ ਦੀ ਗਰਮੀ ਕਰਕੇ ਜਾਨਾਂ ਜਾ ਰਹੀਆਂ ਨੇ ਤੇ ਕਿਤੇ ਹੜ੍ਹਾਂ ਕਰਕੇ ਅਸਾਮ ਦੇ ਵਿੱਚ ਆਏ ਹੜ੍ਹਾਂ ਕਰਕੇ ਕੁੱਲ 14 ਜਾਨਾਂ ਚਲੀਆਂ ਗਈਆਂ ਨੇ ਕੱਲ ਨੂੰ ਭਾਰਤ ਦੇ ਵਿੱਚ 18ਵੀਂ ਲੋਕ ਸਭਾ ਦਾ ਮਹਾਨ ਨਤੀਜਾ ਆਵੇਗਾ ਭਾਰਤ ਦੇ ਵਿੱਚ ਨਵੀਂ ਸਰਕਾਰ ਕਿਹੜੀ ਬਣਨੀ ਹੈ ਉਹ ਕੱਲ ਨੂੰ ਨਤੀਜਿਆਂ ਤੋਂ ਬਾਅਦ ਸਾਫ਼ ਹੋ ਜਾਏਗਾ ਤੇ ਅੱਜ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸਿਆਸੀ ਸਰਗਰਮੀਆਂ ਕੀ ਕੁਝ ਰਹੀਆਂ ਨੇ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਚੌਥੀ ਤੀਜੀਆਂ ਤੋਂ ਇੱਕ ਦਿਨ ਪਹਿਲਾਂ ਸ਼ੇਅਰ ਬਾਜ਼ਾਰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਿਆ ਹੈ ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਦੇ ਵਿੱਚ ਸੈਂਸੈਕਸ 2700 ਅੰਕ ਵਧ ਕੇ 76738 ਤੇ ਪਹੁੰਚ ਗਿਆ ਤੇ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ ਇਹਦੇ ਨਾਲ ਹੀ ਨਿਫਟੀ ਵੀ 23333 ਦੇ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਇਸ ਵਿੱਚ 650 ਤੋਂ ਵੱਧ ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਸ਼ੇਅਰ ਬਾਜ਼ਾਰ ਵਿੱਚ ਆਏ ਉਛਾਲ ਨਾਲ 12 ਲੱਖ ਕਰੋੜ ਨਿਵੇਸ਼ਕਾਂ ਦਾ ਫਾਇਦਾ ਹੋਇਆ ਹੈ ਡਾਲਰ ਦੇ ਮੁਕਾਬਲੇ ਰੁਪਇਆ 42 ਪੈਸੇ ਮਜ਼ਬੂਤ ਹੋਇਆ ਹੈ ਮੋਦੀ ਸਰਕਾਰ ਜਿੰਨਾ ਚਿਰ ਵੀ ਰਹੀ ਪੈਸਾ ਮaaf ਕਰਨਾ ਰੁਪਇਆ ਡਾਲਰ ਦੇ ਮੁਕਾਬਲੇ ਕਮਜ਼ੋਰ ਹੀ ਹੁੰਦਾ ਰਿਹਾ ਹੁਣ ਪਹਿਲੀ ਵਾਰੀ ਹੈ ਕਿ ਰੁਪਇਆ 42 ਪੈਸੇ ਮਜ਼ਬੂਤ ਹੋਇਆ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਹੁਣ 83 ਰੁਪਏ ਪ੍ਰਤੀ ਡਾਲਰ ਤੇ ਪਹੁੰਚ ਗਿਆ ਹੈ ਇਸ ਤੋਂ ਪਹਿਲਾਂ 83 ਰੁਪਏ 42 ਪੈਸੇ ਪ੍ਰਤੀ ਡਾਲਰ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਨਤੀਜਿਆਂ ਤੋਂ ਬਾਅਦ ਸ਼ੇਅਰ ਬਾਜ਼ਾਰ ਨਵਾਂ ਰਿਕਾਰਡ ਬਣਾਏਗਾ ਅਮਰੀਕਾ ਦਾ ਯੂਟਿਊਬਰ 26 ਸਾਲ ਦਾ ਜਿਮੀ ਡੋਨਾਲਡਸਨ ਉਰਫ ਮਿਸਟਰ ਬੀਸਟ ਦੁਨੀਆ ਦੇ ਵਿੱਚ ਸਭ ਤੋਂ ਵੱਧ ਗਾਕਾਂ ਵਾਲਾ ਯੂਟਿਊਬਰ ਬਣ ਗਿਆ ਉਸਦੇ ਚੈਨਲ ਮਿਸਟਰ ਬੀਸਟ ਨੇ 268 ਮਿਲੀਅਨ ਗਾਕ ਬਣਾ ਲਏ ਨੇ ਯਾਨੀ ਕਿ 26 ਕਰੋੜ 80 ਲੱਖ ਮਿਸਟਰ ਬੀਸਟ ਉਰਫ ਜਿਮੀ ਨੇ ਇਸ ਪ੍ਰਾਪਤੀ ਨੂੰ ਆਪਣੇ ਸਾਬਕਾ ਸਾਥੀ ਪਿਊ ਡਾਈਪਾਈ ਨੂੰ ਸਮਰਪਿਤ ਕੀਤਾ ਹੈ ਇਸ ਨਾਲ ਜਿਮੀ ਨੇ ਭਾਰਤੀ ਸੰਗੀਤ ਲੇਬਲ ਟੀ ਸੀਰੀਜ਼ ਦਾ ਰਿਕਾਰਡ ਤੋੜਿਆ ਹੈ ਟੀ ਸੀਰੀਜ਼ ਦੇ ਯੂਟਿਊਬ ਖਾਤੇ ਤੇ 268 ਮਿਲੀਅਨ ਯਾਨੀ ਕਿ 26 ਕਰੋੜ 60 ਲੱਖ ਗਾਕ ਨੇ ਇਸ ਚੈਨਲ ਦੇ ਮਾਲਕ ਫੰਟੇ ਸੰਗੀਤ ਨਿਰਮਾਤਾ 쿠ਸ਼ਨ ਕੁਮਾਰ ਨੇ ਕਾਲੂਪਾਰ ਦੀ 18ਵੀਂ ਲੋਕ ਸਭਾ ਦੇ ਚੋਣ ਨਤੀਜੇ ਆਉਣੇ ਨੇ ਅੱਜ ਇੱਕ ਦਿਨ ਪਹਿਲਾਂ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਕੀ ਕੁਝ ਸਰਗਰਮੀ ਰਹੀ ਹੈ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਭਾਰਤੀ ਚੋਣ ਕਮਿਸ਼ਨ ਦੇ ਮੁਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਾਂਗਰਸ ਲੀਡਰ ਜੈਰਾਮ ਰਮੇਸ਼ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ਼ੱਕ ਦਾ ਇਲਾਜ ਤਾਂ ਹਕੀਮ ਕੋਲ ਵੀ ਨਹੀਂ ਹੁੰਦਾ ਜੈਰਾਮ ਰਮੇਸ਼ ਨੇ ਸਨਿਚਰਵਾਰ ਨੂੰ ਕਿਹਾ ਸੀ ਕਿ ਸ਼ਾਹ ਨੇ 150 ਕਲੈਕਟਰਾਂ ਨੂੰ ਤਮਕਾਇਆ ਹੈ ਫੋਨ ਕੀਤਾ ਗਿਆ ਹੈ ਜੋਸ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ ਜੈਰਾਮ ਰਮੇਸ਼ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਆਪਣੇ ਵੱਡੇ ਇਲਜ਼ਾਮਾਂ ਦੇ ਸਬੂਤ ਦਿਓ ਉਸ ਤੋਂ ਬਾਅਦ ਅੱਜ ਦੇ ਲਈ ਪ੍ਰੈਸ ਕਾਨਫਰੰਸ ਦਾ ਐਲਾਨ ਕੀਤਾ ਗਿਆ ਤੇ ਇਹ ਬਹੁਤ ਘਟ ਵੱਧ ਹੀ ਹੁੰਦਾ ਹੈ ਕਿ ਨਤੀਜਿਆਂ ਤੋਂ ਪਹਿਲਾਂ ਅਤੇ ਇਲੈਕਸ਼ਨ ਕੰਪਲੀਟ ਹੋਣ ਤੋਂ ਬਾਅਦ ਚੋਣ ਕਮਿਸ਼ਨ ਹੈ ਜਿਹੜਾ ਉਹ ਪ੍ਰੈਸ ਕਾਨਫਰੰਸ ਕਰੇ ਲੱਗਦਾ ਸੀ ਕਿ ਕੋਈ ਵੱਡੀ ਜਾਣਕਾਰੀ ਜਾਂ ਕੋਈ ਅਹਿਮ ਐਲਾਨ ਹੋਣ ਵਾਲਾ ਹੈ ਪਰ ਕਾਂਗਰਸ ਦੇ ਹੀ ਵੱਡੇ ਇਲਜ਼ਾਮਾਂ ਦਾ ਜਵਾਬ ਮੁੱਖ ਤੌਰ ਤੇ ਦਿੱਤਾ ਗਿਆ ਭਾਰਤੀ ਚੋਣ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਨੇ ਸਾਨੂੰ ਲਾਪਤਾ ਜੈਂਟਲਮੈਨ ਕਿਹਾ ਪਰ ਇਸੇ ਦੌਰਾਨ ਦੇਸ਼ ਦੇ ਵਿੱਚ 642 ਮਿਲੀਅਨ VOTING ਦਾ ਵਿਸ਼ਵ ਰਿਕਾਰਡ ਬਣਿਆ ਇਹ ਸਾਡੇ ਲੋਕਤੰਤਰ ਦੀ ਤਾਕਤ ਹੈ ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਤੇ ਝੂਠੀਆਂ ਖਬਰਾਂ ਚਲਾਉਣ ਵਾਲਿਆਂ ਤੇ ਸਖਤ ਸੀ ਪਰ ਸਾਨੂੰ ਹੀ ਨਿਸ਼ਾਨਾ ਬਣਾਇਆ ਗਿਆ ਟ੍ਰੋਲਰਾਂ ਨੂੰ ਚੋਣ ਕਮਿਸ਼ਨ ਨੇ ਕਵਿਤਾ ਦੇ ਜ਼ਰੀਏ ਜਵਾਬ ਦਿੱਤਾ ਅੱਜਕੱਲ ਇਲਜ਼ਾਮਾਂ ਦਾ ਦੌਰ ਬੁਲੰਦ ਹੈ ਤਲਖੀਆਂ ਦਾ ਬਾਜ਼ਾਰ ਗਰਮ ਹੈ ਮਨਜ਼ੂਰ ਹੈ ਇਲਜ਼ਾਮ ਲਗਾਓ ਪਰ ਸ਼ਰਤ ਹੈ ਸਬੂਤ ਨਾਲ ਲਿਆਓ मंजूर है इल्जाम तो लगाओ मगर शर्त इतनी के साथ सबूत भी हो गोया कोई तो बात है गोया कोई तो बात है हर बार मुद्दई वही कचहरी वही गवाह कोई नहीं गम का इलाज शक का इलाज तो हकीम लुकमान के पास भी नहीं ਚੋਣ ਕਮਿਸ਼ਨ ਨੇ ਗਰਮੀਆਂ ਦੇ ਵਿੱਚ ਵੋਟਾਂ ਕਰਵਾਉਣ ਦੀ ਗਲਤੀ ਮੰਨਦਿਆਂ ਕਿਹਾ ਕਿ 1 ਮਹੀਨੇ ਪਹਿਲਾਂ ਹੀ ਚੋਣਾਂ ਮੁਕੰਮਲ ਹੋ ਜਾਣੀਆਂ ਚਾਹੀਦੀਆਂ ਸੀ ਇਸ ਤੋਂ ਕਹਿੰਦੇ ਅਸੀਂ ਸਿੱਖਿਆ ਲਈ ਹੈ ਅਗਲੀ ਵਾਰੀ ਅਪ੍ਰੈਲ ਮਹੀਨੇ ਤੱਕ ਚੋਣਾਂ ਮੁਕੰਮਲ ਹੋ ਜਾਇਆ ਕਰਨਗੀਆਂ ਦੂਸਰਾ ਸਬਕ ਫੇਕ ਨੈਰੇਟਿਵ ਦੇ ਨਾਲ ਕਹਿੰਦੇ ਅਸੀਂ ਲੜਨਾ ਸਿੱਖਿਆ ਹੈ ਅਸੀਂ ਸੋਚਿਆ ਸੀ ਦੇਸ਼ ਦੇ ਬਾਹਰਲੇ ਲੋਕ ਸਵਾਲ ਚੁੱਕਣਗੇ ਪਰ ਸਾਡੇ ਦੇਸ਼ ਦੇ ਅੰਦਰ ਹੀ ਆਵਾਜ਼ਾਂ ਉੱਠਣ ਲੱਗੀਆਂ ਨੇ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰ ਡਾਟਾ ਦੇ ਵਿੱਚ ਕੋਈ ਵੀ ਗੜਬੜੀ ਨਹੀਂ ਹੋਈ ਮੁੱਖ ਚੋਣ ਕਮਿਸ਼ਨਰ ਦੇ ਵੱਲੋਂ ਖਾਸ ਤੌਰ ਤੇ ਇਹਨਾਂ ਇਲਜ਼ਾਮਾਂ ਤੇ ਪ੍ਰੈਸ ਕਾਨਫਰੰਸ ਕੀਤੀ ਤਾਂ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਵੱਡੇ ਪੱਧਰ ਤੇ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਗਿਆ ਹੈ ਜਿਹੜਾ VOTING ਸਿਸਟਮ ਹੈ ਉਸ ਦੇ ਉੱਤੇ ਅਤੇ ਜਿਹੜਾ ਭਾਰਤੀ ਚੋਣ ਕਮਿਸ਼ਨ ਦਾ ਹੈ ਉਸ ਦੇ ਉੱਤੇ ਵੱਡੇ ਇਲਜ਼ਾਮ ਲਾਏ ਗਏ ਇਸੇ ਕਰਕੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਜਵਾਬ ਦੇਣੇ ਪਏ ਅਸੀਂ ਨੇ ਐਕਸਪੈਕਟ ਕੀਤਾ ਸੀ ਕਿ ਇਹ ਦੇਸ਼ ਦੀ ਸੀਮਾਵਾਂ के बाहर से ही अटैक होंगे हमने 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 सोचा था ਉਸਕੇ ਇੰਜਾਮ हमने ਕਰ ਲਏ تھے ਨਹੀਂ ਹੋਇਆ मैं टेक्निकली बता नहीं सकता क्या इंजाम किए थे बट हमने इंजाम कर लिए थे लेकिन अपने में ही हो गया फिर आप कहेंगे कि फिर मैंने इस पर भी कुछ लिखा था कहे तो मैं सुनाता हूं आजकल इल, आजकल इल्जमातों का दौर बुलंद है तलखियों का बाजार गर्म है आजकल इल्जामों का दौर बुलंद है तलखियों का बाजार गर्म है पंच को पहले ही घेर लो यानी पेशबंदी ਜੋ ਐਮਪਾਇਰ ਹੈ ਉਸ ਨੂੰ ਫੜ ਲਓ ਪਹਿਲੇ ਸੇ ਪੇਸ਼ਵੰਦੀ ਕਰ ਲਓ ਜਿਸसे ਉਹ ਬੋਲੀ ਨਾ ਪਾਏ ਪੰਚ ਕੋ ਪਹਿਲੇ ਹੀ ਘੇਰ ਲਓ ਯਾਨੀ ਪੇਸ਼ਵੰਦੀ ਮਨਜ਼ੂਰ ਹੈ ਇਲਜ਼ਾਮ ਲਗਾਓ ਹਮ ਪਰ ਸ਼ਰਤ ਇਤਨੀ ਕਿ ਸਾਥ ਮੇ ਸਬੂਤ ਵੀ ਹੋ ਸੂਰਤ ਵਿੱਚ ਨੋਟਾ ਦੇ ਹੁੰਦੇ ਹੋਏ ਨਿਰਵਿਰੋਧੀ ਉਮੀਦਵਾਰ ਨੂੰ ਜੇਤੂਕਰਾਰ ਦੇਣ ਤੇ ਵੀ ਚੋਣ ਕਮਿਸ਼ਨਰ ਨੇ ਸਫਾਈ ਦਿੱਤੀ ਜੰਮੂ ਕਸ਼ਮੀਰ ਵਿੱਚ ਸ਼ਾਨਦਾਰ VOTING ਤੋਂ ਬਾਅਦ ਚੋਣ ਕਮਿਸ਼ਨਰ ਨੇ ਇਸ਼ਾਰਾ ਕੀਤਾ ਕਿ ਅਸੀਂ ਬਹੁਤ ਜਲਦ ਜੰਮੂ ਕਸ਼ਮੀਰ ਦੇ ਵਿੱਚ ਵੀ ਵੋਟਾਂ ਕਰਾਵਾਂਗੇ ਵਿਧਾਨ ਸਭਾ ਦੀ ਥਿਸ ਇਜ਼ ਅਨਦਰ ਸਕਸੈਸ ਸਟੋਰੀ ਵਿਚ ਆਲ ਆਫ ਯੂ ਆਰ ਅਵੇਅਰ ਆਪ सब पिक्चर्स देख चुके हैं 58.58 परसेंट ओवरऑल टर्नआउट एंड इन वैली 51.5 हमने हमने जो आंखों में चमक है जो भविष्य को लेकर चमक है जो डेमोक्रेसी में पार्टिसिपेशन को लेकर चमक थी जो जो, जो क्राउड थी जो भीड़ थी उसमें हमने उसको देखा है एंड वॉट हैज नॉट गॉन इन टू इट जब हम चुनाव कराने के लिए गए थे मा, मार्च 12-13 में तो प्रश्न पूछे जा रहे थे हमसे हर समय प्रश्नों का जवाब देना पड़ता है

4 ਜੂਨ ਨੂੰ ਆਉਣ ਵਾਲੇ ਨਤੀਜਿਆਂ ਤੋਂ ਉਹਨਾਂ ਦੀਆਂ ਉਮੀਦਾਂ ਬਾਰੇ ਪੁੱਛੇ ਜਾਣ ਤੇ ਪੱਤਰਕਾਰਾਂ ਨੂੰ ਜਵਾਬ ਦਿੰਦੇ ਹਾਂ ਸੋਨੀਆ ਨੇ ਕਿਹਾ ਕਿ ਸਾਨੂੰ ਇੰਤਜ਼ਾਰ ਕਰਨਾ ਪਊਗਾ ਇੰਤਜ਼ਾਰ ਕਰੋ ਤੇ ਵੇਖੋ ਕਾਂਗਰਸ ਸੰਸਦਿਤ ਦਲ ਦੀ ਮੁਖੀ ਸੋਨੀਆ ਗਾਂਧੀ ਡੀਐਮਕੇ ਦਫ਼ਤਰ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨੂੰ ਮਿਲੀ ਉਹਨਾਂ ਡੀਐਮਕੇ ਦੇ ਡਿਗਜ ਲੀਡਰ ਐਮ ਕਰੁਣਾ ਨਿਧੀ ਨੂੰ 100ਵੇਂ ਜਨਮਵਰੀ ਗਣ ਤੇ ਸ਼ਰਧਾਂਜਲੀ ਵੀ ਦਿੱਤੀ ਹੁਣ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਦੀਆਂ 13 ਸੀਟਾਂ ਤੇ ਨਤੀਜਿਆਂ ਦੀ ਕੀ ਕੁਸ਼ ਤਿਆਰੀ ਹੈ ਇਸ ਦੀ ਜਾਣਕਾਰੀ ਪੰਜਾਬ ਦੇ ਮੁਖ ਚੋਣ ਕਮਿਸ਼ਨਰ ਸਿਵਨ ਸੀ ਨੇ ਦਿੱਤੀ ਪੰਜਾਬ ਦੇ ਵਿੱਚ ਵੀ 382 ਉਮੀਦਵਾਰਾਂ ਦੀ ਕਿਸਮ ਦਾ ਫੈਸਲਾ 4 ਜੂਨ ਨੂੰ ਹੋ ਜਾਵੇਗਾ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੱਖ-ਵੱਖ ਸੂਬਿਆਂ ਦੇ 올 ਇੰਡੀਆ ਸਰਵਿਸਿਜ਼ ਤੇ ਸਿਵਲ ਸਰਵਿਸਿਜ਼ ਕੇਡਰ ਦੇ ਕੁੱਲ 64 ਕਾਊਂਟਿੰਗ ਆਬਜ਼ਰਵਰਾਂ ਦੇ ਵੱਲੋਂ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ। ਗਿਣਤੀ ਲਈ 23 ਜ਼ਿਲ੍ਹਿਆਂ ਦੇ ਵਿੱਚ 24 ਥਾਵਾਂ ਤੇ 48 ਇਮਾਰਤਾਂ ਵਿੱਚ ਕੇਂਦਰ ਬਣਾਏ ਗਏ ਨੇ ਜਿੱਥੇ ਹਾਲ ਵਿੱਚ ਵੋਟਾਂ ਦੀ ਗਿਣਤੀ ਹੋਊਗੀ। ਇਸ ਦੇ ਲਈ 14 ਮੇਜ਼ ਲਾਏ ਗਏ ਨੇ। ਹਰ ਟੇਬਲ ਤੇ ਕਾਊਂਟਿੰਗ ਸੁਪਰਵਾਈਜ਼ਰ, ਇੱਕ ਕਾਊਂਟਿੰਗ ਸਹਾਇਕ, ਕਾਊਂਟਿੰਗ ਸਟਾਫ ਗਰੁੱਪ, ਡੀ ਮੁਲਾਜ਼ਮ, ਇੱਕ ਮਾਈਕਰੋ ਆਬਜ਼ਰਵਰ ਤਨਤ ਕੀਤੇ ਜਾਣਗੇ। ਅਧਿਕਾਰੀਆਂ ਮੁਤਾਬਕ ਬੂਥਾਂ ਦੇ ਹਿਸਾਬ ਨਾਲ ਗਿਣਤੀ ਹੋਵੇਗੀ ਵੋਟਾਂ ਦੀ ਗਿਣਤੀ ਦੇ 17 ਰਾਊਂਡ ਤੋਂ 27 ਤੱਕ ਰਾਊਂਡ ਹੋਣਗੇ 15000 ਦੇ ਕਰੀਬ ਮੁਲਾਜ਼ਮ ਗਿਣਤੀ ਲਈ ਡਿਊਟੀ ਤੇ ਤਾਇਨਾਤ ਕੀਤੇ ਗਏ ਨੇ ਹਰੇਕ ਜ਼ਿਲ੍ਹੇ ਵਿੱਚ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ 450 ਤੋਂ ਵੱਧ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਪੰਜਾਬ ਦੇ ਵਿੱਚ ਕੁੱਲ 2 ਕਰੋੜ 14 ਲੱਖ ਵੋਟਰਾਂ ਚੋਂ ਸਿਰਫ 62.80% ਨੇ ਹੀ ਵੋਟਾਂ ਪਾਈਆਂ ਸਭ ਤੋਂ ਵੱਧ VOTING ਬਠਿੰਡਾ ਵਿੱਚ ਹੋਈ ਤੇ ਸਭ ਤੋਂ ਘੱਟ ਅੰਮ੍ਰਿਤਸਰ ਦੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਇਕ 4 ਜੂਨ ਨੂੰ ਡਰਾਈ ਡੇ ਹੈ ਸ਼ਰਾਬ ਦੀ ਵਿਕਰੀ ਤੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਾਈ ਗਈ ਹੈ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਸੈਬ ਤੇ ਹੋਏ ਫੌਜੀ ਹਮਲੇ ਦੀ ਜਿਹੜੀ ਇਹ ਵਰਸੀ ਹੋਣ ਕਰਕੇ ਕੱਲੂਕਾਰਾ ਸਪਤਾ ਕੱਲੂਕਾਰਾ ਹਫਤਾ ਹੋਣ ਕਰਕੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਜਿੱਤ ਦਾ ਜਸ਼ਨ ਢੋਲ ਠਮਾਕਿਆਂ ਦੇ ਨਾਲ ਨਾ ਮਨਾਇਆ ਜਾਵੇ ਗੁਰੂ ਘਰਾਂ ਦੇ ਵਿੱਚ ਅਰਦਾਸ ਕਰਕੇ ਮਨਾਇਆ ਜਾਵੇ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਟਮਕੇ ਆਦ ਨਾਲ ਕਿਸੇ ਪ੍ਰਕਾਰ ਦਾ ਕੋਈ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਮਾ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਉਹ ਖੁਸ਼ੀਆਂ ਮਨਾ ਕੇ ਢੋਲ ਟਮਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ। ਚੰਡੀਗੜ੍ਹ ਦੇ ਵਿੱਚ ਈਵੀਐਮ ਚੰਡੀਗੜ੍ਹ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਸੈਕਟਰ 26 ਦੇ ਵਿੱਚ ਰੱਖੀ ਹੋਈ ਹੈ। ਇੱਥੇ ਬਣੇ ਸਟਰੋਂਗ ਰੂਮ ਨੂੰ ਕੈਮਰੇ ਦੀ ਨਿਗਰਾਨੀ ਹੇਠ ਸੀਲ ਕੀਤਾ ਗਿਆ ਹੈ ਤੇ 4 ਜੂਨ ਨੂੰ ਇੱਥੇ 20 VOTING ਮਸ਼ੀਨਾਂ ਖੁੱਲਣ ਗਿਆ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਿਕ ਚੰਡੀਗੜ੍ਹ ਦੇ ਵਿੱਚ ਦੁਪਹਿਰੇ 2:00 ਵਜੇ ਦੇ ਕਰੀਬ ਨਤੀਜੇ ਸਪਸ਼ਟ ਹੋ ਜਾਣਗੇ। ਜਦੋਂ ਇੱਥੇ ਵੋਟਾਂ ਦੀ ਗਿਣਤੀ ਹੋਵੇਗੀ ਤਾਂ 900 ਪੁਲਿਸ ਮੁਲਾਜ਼ਮ ਤੈਨਾਤ ਰਹਿਣਗੇ ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਮੰਗਲਵਾਰ ਨੂੰ ਇਸ ਇਲਾਕੇ ਵਿੱਚ ਦਫਾ 44 ਲਾ ਦਿੱਤੀ ਹੈ ਯਾਨੀ ਕਿ 4 ਤੋਂ ਵੱਧ ਲੋਕ ਇੱਥੇ ਇਕੱਠੇ ਨਹੀਂ ਹੋ ਸਕਦੇ ਪੰਜਾਬ ਦੇ ਲੋਕਾਂ ਨੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੰਜਾਬ ਚ ਮਤਦਾਨ 62.6% ਰਿਹਾ ਹੈ ਕੁੱਲ VOTING ਫੀਸ ਤੇ ਇਹ 2009 14 ਤੇ 19 ਦੇ ਮੁਕਾਬਲੇ ਸਭ ਤੋਂ ਘੱਟ VOTING ਹੈ ਸਿਆਸੀ ਮਾਹਿਰ ਇਸ ਦੇ ਕਈ ਕਾਰਨ ਦੱਸ ਰਹੇ ਨੇ ਪਰ ਅਹਿਮ ਗੱਲ ਹੈ ਕਿ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਮੋਹ ਭੰਗ ਹੋ ਰਿਹਾ ਹੈ ਆਮ ਤੌਰ ਤੇ ਪੰਜਾਬ ਦੇ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਜੇਕਰ 65% ਤੋਂ ਵੱਧ VOTING ਹੁੰਦੀ ਹੈ ਤਾਂ ਸੂਬਾ ਸਰਕਾਰ ਨੂੰ ਸਿੱਧਾ ਨੁਕਸਾਨ ਹੁੰਦਾ ਹੈ ਇਸ ਨੂੰ ਆਪਾਂ ਪਿਛਲੀਆਂ ਚੋਣਾਂ ਦੇ ਜ਼ਰੀਏ ਵੀ ਦੇਖ ਸਕਦੇ ਹਾਂ 1999 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ 56.11% ਵੋਟਾਂ ਪਈਆਂ ਸੀ ਉਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਪਰ ਇਸ ਦਾ ਸਿੱਧਾ ਸਿੱਧਾ ਅਸਰ ਵੀ ਅਕਾਲੀ ਬੀਜੇਪੀ ਗੱਠ ਜੋੜਤੇ ਹੀ ਪਿਆਸੀ ਕਾਂਗਰਸ 8 ਸੀਟਾਂ ਜਿੱਤ ਗਈ ਤੇ 2004 ਦੀਆਂ ਚੋਣਾਂ ਦੌਰਾਨ ਸੂਬੇ ਦੇ ਵਿੱਚ 61.59% ਵੋਟਾਂ ਪਈਆਂ ਸੀ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਸਿੱਧਾ ਅਸਰ ਚੋਣਾਂ ਤੇ ਫੇਰ ਦੇਖਣ ਨੂੰ ਮਿਲਿਆ ਅਕਾਲੀ ਦਲ ਨੇ 8 ਸੀਟਾਂ ਜਿੱਤ ਲਈਆਂ ਬੀਜੇਪੀ ਨੇ 3 ਸੀਟਾਂ ਜਿੱਤ ਕੇ ਕਾਂਗਰਸ ਕੋਲ ਸਿਰਫ ਦੋ ਰਹਿ ਗਈਆਂ ਸੀ ਫਿਰ 2009 ਦੀਆਂ ਚੋਣਾਂ ਦੌਰਾਨ ਸੂਬੇ ਵਿੱਚ 68.78% VOTING ਹੋਈ ਸੀ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਚੋਣਾਂ ਵਿੱਚ ਫਿਰ ਫਾਇਦਾ ਕਾਂਗਰਸ ਨੂੰ ਮਿਲਿਆ ਹੁਣ ਦੇਖਣਾ ਹੋਊਗਾ ਕਿ ਇਸ ਵਾਰ ਸੂਬੇ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਾਇਦਾ ਹੋਵੇਗਾ ਜਾਂ ਫਿਰ ਨੁਕਸਾਨ ਹੋਵੇਗਾ ਇਹ ਹੁਣ ਕੁਝ ਘੰਟਿਆਂ ਬਾਅਦ ਆਪਾਂ ਨੂੰ ਪਤਾ ਲੱਗ ਜਾਊਗਾ ਪੰਜਾਬੀ ਹੁਣ ਫੇਰ ਤੋਂ ਵੋਟਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਵੱਖ-ਵੱਖ ਪਾਰਟੀਆਂ ਨੇ ਇੱਕ ਦਰਜਨ ਤਾ ਮੌਜੂਦਾ ਵਿਧਾਇਕਾਂ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਸੱਤਾਧਾਰੀ ਪਾਰਟੀ ਨੂੰ ਚੋਣਾਂ ਜਿੱਤਣ ਤੇ ਕੈਬਨਟ ਮੰਤਰੀ ਵੀ ਲੱਭਣੇ ਪੈਣਗੇ 12 ਵਿਧਾਇਕਾਂ ਦੇ ਵਿੱਚੋਂ ਘੱਟੋ-ਘੱਟ 5 ਤਾਂ ਕੈਬਨਿਟ ਮੰਤਰੀ ਨੇ ਜੇ ਸਾਰੇ 12 ਦੇ 12 ਵਿਧਾਇਕ ਚੋਣ ਜਿੱਤ ਜਾਂਦੇ ਨੇ ਤਾਂ ਸੂਬੇ ਦੇ 12 ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣ ਹੋਵੇਗੀ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਸ਼ੀਤਲ ਅੰਗਰਾਲ ਨੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਲਈ ਵਿਧਾਨ ਸਭਾ ਤੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਤੇ ਹੁਣ ਅਸਤੀਫਾ ਮਨਜ਼ੂਰ ਕਰ ਲਿਆ ਯਾਨੀ ਕਿ ਇੱਕ ਵਿਧਾਨ ਸਭਾ ਸੀਟ ਤੇ ਚੋਣ ਹੋਵੇਗੀ ਇਹ ਤਾਂ ਪੱਕਾ ਹੀ ਤੈਅ ਹੋ ਗਿਆ ਕਾਂਗਰਸ ਨੇ ਵੀ ਦੋ ਵਿਧਾਇਕ ਮੈਦਾਨ ਦੇ ਵਿੱਚ ਉਤਾਰੇ ਨੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਜੇ ਦੋਵਾਂ ਪਾਰਟੀਆਂ ਦੇ ਸਾਰੇ ਵਿਧਾਇਕ ਜਿੱਤ ਜਾਂਦੇ ਨੇ ਤਾਂ 12 ਸੀਟਾਂ ਤੇ ਜ਼ਿਮਨੀ ਚੋਣ ਹੋਵੇਗੀ ਆਵਾਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਗਏ ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ ਲੱਗਿਆ ਹੈ ਵਿਧਾਇਕ ਅੰਗੁਰਾਲ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਸਤੀਫਾ ਮੰਜ਼ੂਰ ਕਰ ਲਿਆ ਇਸ ਦੀ ਪੁਸ਼ਟੀ ਵਿਧਾਨ ਸਭਾ ਦੇ ਵੱਲੋਂ ਜਨਤਕ ਤੌਰ ਤੇ ਕੀਤੀ ਗਈ ਹੈ ਪਤਾ ਲੱਗਿਆ ਕਿ ਅਸਤੀਫਾ 30 ਮਈ ਨੂੰ ਹੀ ਪ੍ਰਵਾਨ ਕਰ ਲਿਆ ਗਿਆ ਸੀ ਯਾਨੀ ਕਿ ਪੰਜਾਬ ਦੇ ਵਿੱਚ ਵੋਟਾਂ ਤੋਂ 1 ਦਿਨ ਪਹਿਲਾਂ ਹੀ ਅਸਤੀਫਾ ਮਨਜ਼ੂਰ ਹੋ ਗਿਆ ਸੀ ਹੁਣ ਜਲੰਧਰ ਪੱਛਮੀ ਹਲਕੇ ਦੇ ਵਿੱਚ ਜ਼ਿਮਨੀ ਚੋਣ ਤ ਹੈ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 27 ਮਾਰਚ ਨੂੰ ਇਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸਨ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਇਸ ਤੋਂ ਬਾਅਦ ਇਹਨਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ VOTING ਖਤਮ ਹੁੰਦਿਆਂ ਹੀ ਅਸਤੀਫਾ ਵਾਪਸ ਲੈਣ ਦੇ ਲਈ ਸ਼ੀਤਲ ਅੰਗਰਾਲ ਮੋੜ ਵਿਧਾਨ ਸਭਾ ਸਪੀਕਰ ਦੇ ਕੋਲ ਪਹੁੰਚ ਗਏ ਚਿੱਠੀ ਲਿਖ ਦਿੱਤੀ ਸ਼ੀਤਲ ਨੇ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਕਿ ਹਾਂ ਕਿ ਜੇ ਉਹਨਾਂ ਦਾ ਅਸਤੀਫਾ ਹੁਣ ਤੱਕ ਪ੍ਰਵਾਨ ਕਰ ਲਿਆ ਜਾਂਦਾ ਤਾਂ ਪਛਮੀ ਹਲਕੇ ਵਿੱਚ ਮੋੜ ਚੋਣਾ ਕਰਵਾਉਣੀਆਂ ਪੈਣਗੀਆਂ ਜਿਸ ਨਾਲ ਸਰਕਾਰ ਦਾ ਚੋਣ ਖਰਚਾ ਵਧੂਗਾ ਇਸੇ ਕਰਕੇ ਕਹਿੰਦੇ ਮੈਂ ਆਪਣਾ ਅਸਤੀਫਾ ਵਾਪਸ ਲੈ ਲੈਣਾ ਐ ਐਮਐਲਏ ਤੇ ਹਲੇ ਮੈਂ ਕਾਇਮ ਰਹੂੰਗਾ ਪਰ ਸਪੀਕਰ ਸਾਹਿਬ ਨੇ ਅਸਤੀਫਾ ਮਨਜ਼ੂਰ ਕਰ ਲਿਆ ਵਿਧਾਨ ਸਭਾ ਦੇ ਸਕੱਤਰੇਤ ਨੂੰ ਸੌਂਪੇ ਆਪਣੇ ਜਵਾਬ ਦੇ ਵਿੱਚ ਸ਼ੀਤਲ ਅੰਗੁਰਾਲ ਨੇ ਇਹ ਵੀ ਕਿਹਾ ਕਿ ਮੈਂ ਨਹੀਂ ਦੱਸ ਸਕਦਾ ਕਿ ਇਸ ਵੇਲੇ ਮੈਂ ਭਾਜਪਾ ਦੇ ਵਿੱਚ ਹਾਂ ਜਾਂ ਫਿਰ ਨਹੀਂ ਜੇ ਮੇਰੇ ਨਾਲ ਤੱਕਾ ਹੋਇਆ ਤਾਂ ਕਹਿੰਦੇ ਮੈਂ ਹਾਈ ਕੋਰਟ ਜਾਵਾਂਗਾ ਪਰ ਆਖਿਰਕਾਰ ਸ਼ੀਤਲ ਅੰਗੁਰਾਲ ਦਾ ਅਸਤੀਫਾ ਮੰਜ਼ੂਰ ਹੋ ਚੁੱਕਿਆ ਹੈ ਕਹਿੰਦੇ ਮੈਨੂੰ ਲੋਕਾਂ ਨੇ ਵਿਧਾਇਕ ਬਣਾਇਆ ਕਿਸੇ ਪਾਰਟੀ ਨੇ ਨਹੀਂ ਬਣਾਇਆ ਵਿਧਾਇਕੀ ਤੇ ਰਹਿਣਾ ਮੇਰਾ ਹੱਕ ਹੈ ਜੇ ਸਪੀਕਰ ਸਾਹਿਬ ਕਾਰਵਾਈ ਕਰਦੇ ਤਾਂ ਅਸੀਂ ਕਿੱਧਰ ਹੋ ਗਏ ਜੇ ਕੋਈ ਕਾਰਵਾਈ ਕਰੇਗੇ ਅਗੇ ਹਾਈ ਕੋਰਟ ਹੈ ਅਗੇ ਸੁਪਰੀਮ ਕੋਰਟ ਹੈ ਮੈਂ ਜਾਊਂਗਾ ਕੋਈ ਗੱਲ ਨਹੀਂ ਚਿੰਤਾ ਨਹੀਂ ਇੱਕ ਦਿਨ ਪਹਿਲਾਂ ਸ਼ੀਤਲ ਅੰਗਰਾਲ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਮੋਦੀ ਕਾ ਪਰਿਵਾਰ ਦਾ ਟੈਗ ਵੀ ਹਟਾ ਦਿੱਤਾ ਸੀ ਸਿੱਧਾ ਸਿੱਧਾ ਸੰਕੇਤ ਮਿਲਦੇ ਨੇ ਕਿ ਸ਼ੀਤਲ ਅੰਗਰਾਲ ਭਾਜਪਾ ਤੋਂ ਦੂਰੀਆਂ ਬਣਾ ਰਹੇ ਨੇ ਸ਼ੀਤਲ ਅੰਗਰਾਲ ਨੇ ਵੋਟਾਂ ਤੋਂ ਪਹਿਲਾਂ ਜਦੋਂ ਭਾਜਪਾ ਜੁਆਇਨ ਕੀਤੀ ਸੀ ਤਾਂ ਇਲਜ਼ਾਮ ਲਾਇਆ ਸੀ ਕਿ ਜਾਣ ਬੁਝ ਕੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਉਹ ਕੋਰਟ ਦੇ ਵਿੱਚ ਜਾਣਗੇ ਪਰ ਵੋਟਾਂ ਖਤਮ ਹੁੰਦਿਆਂ ਹੀ ਸ਼ੀਤਲ ਅੰਗਰਾਲ ਦੇ ਸਿਆਸੀ ਤੇਵਰ ਬਦਲ ਗਏ ਨੇ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਵੱਡਾ ਦਾਵਾ ਕੀਤਾ ਹੈ ਕਿ ਇੱਕ ਹੋਰ ਅਪਵਿੱਤਰ ਗੱਠ ਜੋ ਦੇ ਵਿੱਚ ਬੀਬੀ ਜਗੀਰ ਕੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਲੇ ਬਣਿਆ ਜਿਨ੍ਹਾਂ ਨੇ ਕਾਂਗਰਸ ਦੇ ਖਿਲਾਫ ਇੱਕ ਗੈਂਗ ਤਿਆਰ ਕੀਤਾ ਹੈ ਪੁਲਹਾੜ੍ਹ ਦੇ ਵਿੱਚ ਕਹਿੰਦੇ ਜੇ ਜਿਮਲੀ ਚੋਣ ਹੋਊਗੀ ਤਾਂ ਬੀਬੀ ਜਗੀਰ ਕੌਰ ਦਾ ਜਵਾਈ ਭੁਪਿੰਦਰ ਸਿੰਘ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਵੇਗਾ ਕਿਉਂਕਿ ਉਹਨਾਂ ਨੇ ਅਕਾਲੀ ਦਲ ਦੇ ਵੋਟ ਚੁੱਪਚੀਤੇ ਆਮ ਆਦਮੀ ਪਾਰਟੀ ਨੂੰ ਟਰਾਂਸਫਰ ਕਰਵਾਏ ਨੇ ਕਹਿੰਦੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਪੁਲਹਾੜ੍ਹ ਦੇ ਵਿੱਚ ਆਪਣੀ ਜ਼ਮਾਨਤ ਜ਼ਬਤ ਕਰਾਏਗਾ ਉਧਰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆਂ ਨੇ ਸੋਮਵਾਰ ਨੂੰ ਰਾਜ ਸਭਾ ਚੋਣਾਂ ਦੇ ਵਿੱਚ ਭਾਜਪੀ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਤਿੰਨੇ ਆਜ਼ਾਦ ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਕਰ ਲਏ ਨੇ ਇਹ ਤਿੰਨੇ ਵਿਧਾਇਕ ਹੁਸ਼ਿਆਰ ਸਿੰਘ ਅਸ਼ੀਸ਼ ਸ਼ਰਮਾ ਤੇ ਕੇ ਐਲ ਠਾਕੁਰ ਹਨ ਤੁਰੰਤ ਪ੍ਰਭਾਵ ਦੇ ਨਾਲ ਇਹਨਾਂ ਨੂੰ 14ਵੀਂ ਵਿਧਾਨ ਸਭਾ ਦੀ ਮੈਂਬਰੀ ਤੋਂ ਹਟਾ ਦਿੱਤਾ ਗਿਆ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅਮਰਿਤਪਾਲ ਸਿੰਘ ਦੇ ਪੋਲਿੰਗ ਏਜੰਟ ਵਜੋਂ ਕੰਮ ਕਰਨ ਦੇ ਇਲਜ਼ਾਮਾਂ 'ਤੇ ਪੁਲਿਸ ਨੇ ਮਾਨਾਵਾਲਾ ਸਥਿਤ ਕਮਿਊਨਿਟੀ ਹੈ ਹੈਲਥ ਵਰਕਰ ਬਲਵੀਰ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ ਕਿ ਸਰਕਾਰੀ ਡਿਊਟੀ ਤੇ ਹੁੰਦਿਆ ਹੋਇਆ ਉਹ ਅਮਰਿਤਪਾਲ ਸਿੰਘ ਦੇ ਪੋਲਿੰਗ ਏਜੰਟ ਨਹੀਂ ਬਣ ਸਕਦੇ ਸੀ ਪੁਲਿਸ ਮੁਤਾਬਕ ਮੁਲਜ਼ਮ ਜੰਡੇਆਲਾ ਗੁਰੂ ਦੇ ਵਿੱਚ ਆਪਣੇ ਜੱਦੀ ਪਿੰਡ ਝਾਂੜ ਦੇ ਬੂਥ ਨੰਬਰ 144 ਦੇ ਵਿੱਚ ਪੋਲਿੰਗ ਏਜੰਟ ਵਜੋਂ ਕੰਮ ਕਰ ਰਿਹਾ ਸੀ ਪਰਚਾ ਦਰਜ ਕਰ ਲਿਆ ਗਿਆ ਹੈ ਗ੍ਰਿਫਤਾਰੀ ਹੋਣੀ ਬਾਕੀ ਹੈ ਲੁਧਿਆਣਾ ਸੀਟ ਤੇ ਫਸਵੀ ਟੱਕਰ ਦਾ ਨਤੀਜਾ ਵੀ ਕੁਛ ਘੰਟਿਆਂ ਤੱਕ ਆਜੂਗਾ ਪਰ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਨਾ ਸਿਰਫ ਇਸ ਜ਼ੋਨ ਦੇ ਵਿੱਚ ਆਪਣੀ ਜਿੱਤ ਦਾ ਦਾਵਾ ਕੀਤਾ ਹੈ ਬਲਕਿ ਆਪਣੇ ਸੀਐਮ ਬਣ ਦੀ ਵੀ ਭਵਿੱਖਬਾਣੀ ਕਰ ਦਿੱਤੀ ਹੈ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਜੇ ਇੰਟਰਵਿਊ ਦੇ ਵਿੱਚ ਬਿੱਟੂ ਨੇ ਕਿਹਾ ਕਿ ਮੈਂ ਲੁਧਿਆਣਾ ਦੀ ਲੋਕ ਸਭਾ ਸੀਟ 100% ਦੀ ਜਿੱਤ ਰਿਹਾ 2027 ਦੇ ਵਿੱਚ ਵੀ ਕਹਿੰਦੇ ਪੰਜਾਬ ਚ ਬੀਜੇਪੀ ਦੀ ਸਰਕਾਰ ਆਉਗੀ ਤੇ ਮੇਰੀ ਕਿਸਮਤ ਦੇ ਵਿੱਚ ਮੁੱਖ ਮੰਤਰੀ ਬਣਨਾ ਲਿਖਿਆ ਹੈ ਤੇ ਉਹ ਵੀ ਸੱਚ ਹੋਊਗਾ ਰਵਨੀਤ ਬਿੱਟੂ ਨੇ ਦਾਵਾ ਕੀਤਾ ਹੈ ਕਿ 2027 ਦੀ ਜੰਗ ਦੀ ਤਿਆਰੀ ਬੀਜੇਪੀ ਨੇ ਹੁਣੇ ਤੋਂ ਸ਼ੁਰੂ ਕਰ ਦਿੱਤੀ ਹੈ ਦੂਜੀ ਵਾਰ ਸੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਤਿ ਰਵਨੀਤ ਬਿੱਟੂ ਨੂੰ ਕਰੜੀ ਟੱਕਰ ਦੇ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਦਾਅਵਾ ਕੀਤਾ ਕਿ ਮੈਂ ਹੀ ਲੁਧਿਆਣਾ ਤੋਂ ਜਿੱਤ ਰਿਹਾ ਅਸੀਂ ਇਸ ਵਾਰ ਪੰਜਾਬ ਦੇ ਵਿੱਚ 8 ਸੀਟਾਂ ਦਾ ਰਿਕਾਰਡ ਤੋੜਾਂਗੇ 2019 ਦੇ ਵਿੱਚ ਵੀ ਕਹਿੰਦੇ ਕਾਂਗਰਸ ਨੇ 8 ਸੀਟਾਂ ਜਿੱਤੀਆਂ ਸਨ ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਕੇਂਦਰੀ ਮੰਤਰੀਆਂ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਸਮੇਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਬੈਠਕ ਕੀਤੀ ਸੋਮਵਾਰ ਨੂੰ ਕੇਂਦਰ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਲੀਡਰਾਂ ਦੀ ਇਹ ਬੈਠਕ ਐਗਜ਼ਿਟ ਪੋਲ ਦੇ ਵਿੱਚ ਬੀਜਪੀ ਦੀ ਅਗਵਾਈ ਵਾਲ ਕੌਮੀ ਜਮਹੂਰੀ ਗਠਜੋੜ ਦੀ ਵੱਡੀ ਜਿਤਦੀ ਭੂਮਿਕਾਣੀ ਅਤੇ ਵਿਰੋਧੀ ਗਠਜੋੜ ਭਾਰਤੀ ਰਾਸ਼ਟਰੀ ਵਿਕਾਸ ਸੰਮਲਿਤ ਗਠਜੋੜ ਦੀਆਂ ਕਈ ਦੌਰ ਦੀਆਂ ਬੈਠਕਾਂ ਦੇ ਪਿਛੋਕੜ ਦੇ ਵਿੱਚ ਹੋਈ ਹੈ ਇਸ ਮੀਟਿੰਗ ਬਾਰੇ ਹਾਲਾਂਕਿ ਪਾਰਟੀ ਨੇ ਕੋਈ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਪਰ ਇਹਦੇ ਵਿੱਚ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਸਨ ਸਮਝਿਆ ਜਾ ਰਿਹਾ ਹੈ ਕਿ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਵਿਰੋਧੀ ਧਿਰ ਦੇ ਨਾਲ ਲੜਨ ਦੀ ਰਣਨੀਤੀ ਤੇ ਵੀ ਵਿਚਾਰ ਕੀਤਾ ਹੈ ਬੀਜੇਪੀ ਨੂੰ ਆਪਣੀ ਜਿੱਤ ਦਾ ਇੰਨਾ ਕਿ ਜ਼ਿਆਦਾ ਯਕੀਨ ਹੈ ਕਿ ਜਸ਼ਨ ਦੀਆਂ ਤਿਆਰੀਆਂ ਵੀ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਨੇ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਜਿੱਤ ਤੋਂ ਬਾਅਦ ਸੌਂਚ ਚੁੱਕ ਸਮਾਗਮ ਪਲਾਨ ਕਰ ਲਿਆ ਹੈ ਵੱਡੇ ਪੱਧਰ ਤੇ ਇਹ ਸਮਾਗਮ ਹੋਵੇਗਾ ਇਸ ਨੂੰ ਲਾਗੂ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦਾਵਾ ਕਰਦੀ ਹੈ ਕਿ ਰਾਸ਼ਪਤੀ ਸਕੱਤਰਤ ਨੇ ਸਜਾਵਟੀ ਸਮਗਰੀ ਲਈ ਟੈਂਡਰ ਵੀ ਜਾਰੀ ਕੀਤਾ ਹੈ ਚੋਣ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਹੋਰ ਕੈਬਨਿਟ ਮੰਤਰੀਆਂ ਦੇ ਸੌਚੁਕ ਸਮਾਗਮ ਦਾ ਰਾਸ਼ਟਰਪਤੀ ਭਵਨ ਦੇ ਵਿੱਚ ਪ੍ਰਬੰਧ ਹੋਵੇਗਾ ਇਸ ਦੀਆਂ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਕਹਿੰਦੇ ਹੁਣੇ ਤੋਂ ਹੀ ਚੱਲ ਰਹੀਆਂ ਨੇ ਰੀਪੋਰਟ ਮੁਤਾਬਕ ਕਰੀਬ 21 ਲੱਖ ਰੁਪਏ ਦਾ ਟੈਂਡਰ 3 ਜੂਨ ਨੂੰ ਖੁੱਲ ਗਿਆ ਹੈ ਯਾਨੀ ਕਿ ਅੱਜ ਖੁੱਲ ਗਿਆ ਹੈ ਇਸ ਤੋਂ ਬਾਅਦ ਟੈਂਡਰ ਮੁਤਾਬਕ 5 ਦਿਨਾਂ ਦੇ ਅੰਦਰ ਅੰਦਰ ਆਰਡਰ ਪੂਰਾ ਕਰਨਾ ਹੋਵੇਗਾ ਵੋਟਾਂ ਮੁਕੰਮਲ ਹੋਣ ਦੇ 1 ਦਿਨ ਬਾਅਦ 2 ਜੂਨ ਨੂੰ ਇੰਡੀਆ ਗੱਠਜੋੜ ਨੇ ਚੋਣ ਕਮਿਸ਼ਨ ਨੂੰ 4 ਜੂਨ ਨੂੰ ਈਵੀਐਮਸ ਦੇ ਨਤੀਜਿਆਂ ਤੋਂ ਪਹਿਲਾਂ ਬੈਲਟ ਵੋਟਾਂ ਦੀ ਗਿਣਤੀ ਕਰਕੇ ਉਹਨਾਂ ਦੇ ਨਤੀਜੇ ਐਲਾਨਣੇ ਯਕੀਨੀ ਬਣਾਉਣ ਦੀ ਅਪੀਲ ਕੀਤੀ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਚੋਣ ਕਮਿਸ਼ਨ ਨੂੰ ਗਿਣਤੀ ਪ੍ਰਕਿਰਿਆ ਬਾਰੇ ਸਪਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਨੇ ਤੇ ਉਹਨਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਕੱਲ ਨੂੰ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਵੋਟਾਂ ਦੀ ਗਿਣਤੀ ਆਉਣੀ ਹੈ ਨਵੀਂ ਸਰਕਾਰ ਦਾ ਨਤੀਜਾ ਆਉਣਾ ਹੈ ਇਸ ਕਰਕੇ ਕੱਲ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਿਕ ਪੰਜਾਬ ਦੇ ਵਿੱਚ ਡਰਾਈ ਡੇ ਰਹੇਗਾ ਯਾਨੀ ਕਿ ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਤੱਕ ਨਤੀਜੇ ਮੁਕੰਮਲ ਨਹੀਂ ਹੋ ਜਾਂਦੇ ਉਦੋਂ ਤੱਕ ਨਾ ਹੀ ਤਾਂ ਸ਼ਰਾਬ ਵੇਚੀ ਜਾ ਸਕਦੀ ਹੈ ਨਾ ਠੇਕੇ ਖੋਲੇ ਜਾ ਸਕਦੇ ਨੇ ਨਾ ਹੀ ਪੱਬਾਂ ਕਲੱਬਾਂ ਬਾਰਾਂ ਹੋਟਲਾਂ ਦੇ ਵਿੱਚ दारू ਪਰੋਸੀ ਜਾ ਸਕਦੀ ਹੈ ਪੰਜਾਬ ਦੇ ਵਿੱਚ 10 ਜੂਨ ਸੋਮਵਾਰ ਨੂੰ ਸਰਕਾਰੀ ਛੁੱਟੀ ਰਹੇਗੀ ਇਸ ਦਿਨ ਸੂਬੇ ਭਰ ਦੀਆਂ ਸਾਰੀਆਂ ਸਰਕਾਰੀ ਵਪਾਰਿਕ ਇਕਾਈਆਂ ਦੇ ਵਿੱਚ ਛੁੱਟੀ ਹੋਵੇਗੀ 10 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ ਉਸ ਪਾਵਨ ਮੌਕੇ ਤੇ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ ਅੱਤ ਦੀ ਗਰਮੀ ਕਰਕੇ ਦਿੱਲੀ ਦੇ ਵਿੱਚ ਆਂਗਣਵਾੜੀ ਸੈਂਟਰ ਬੰਦ ਕਰ ਦਿੱਤੇ ਗਏ ਨੇ 1 ਜੂਨ ਤੋਂ ਲੈ ਕੇ ਲਗਾਤਾਰ 30 ਜੂਨ ਤੱਕ ਆਂਗਣਵਾੜੀ ਸੈਂਟਰ ਬੰਦ ਹਨ ਬੱਚਿਆਂ ਤੇ ਗਰਭਤੀ ਮਹਿਲਾਵਾਂ ਦੀ ਸੁਰੱਖਿਆ ਤੇ ਤੰਦਰੁਸਤੀ ਦੇ ਲਈ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਸਮੇਤ ਜਿਨ੍ਹਾਂ ਨੂੰ ਆਮ ਤੌਰ ਤੇ ਗਰਮ ਪੱਕਿਆ ਪਕਾਇਆ ਭੋਜਨ ਮਿਲਦਾ ਹੈ ਟੇਕ ਹੋਮ ਰਾਸ਼ਨ ਰਾਹੀਂ ਪੂਰਕ ਪੋਸ਼ਣ ਸੰਬੰਧੀ ਭੋਜਨ ਦੀਆਂ ਵਸਤੂਆਂ ਸਿੱਧਾ ਲਾਭਪਾਤਰੀਆਂ ਦੇ ਘਰ-ਘਰ ਤੱਕ ਪਹੁੰਚਾਈਆਂ ਜਾਣਗੀਆਂ ਆਂਗਣਵਾੜੀ ਸੈਂਟਰ ਨੇ ਜਿਹੜੇ ਉਹ ਪੂਰਾ ਮਹੀਨਾ ਬੰਦ ਹੀ ਰਹਿਣਗੇ ਪੱਲਦੇ ਮੰਤਰੀ ਕਲਾਸ਼ ਗਹਿਲੋਤ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਵੋਟਾ ਖਤਮ ਹੋਣ ਦੇ 48 ਘੰਟਿਆਂ ਦੇ ਅੰਦਰ ਦੇਸ਼ ਵਾਸੀਆਂ ਨੂੰ ਮਹਿੰਗਾਈ ਨੇ ਵੱਡੇ ਝਟਕੇ ਦਿੱਤੇ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਦੁੱਧ ਦੀਆਂ ਕੀਮਤਾਂ ਵੱਖ-ਵੱਖ ਕੰਪਨੀਆਂ ਨੇ ਵਧਾ ਦਿੱਤੀਆਂ ਨੇ ਸਭ ਤੋਂ ਪਹਿਲਾਂ ਅੰਮੋਲ ਦੁੱਧ ਦੇ ਭਾਅ ਦੇ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਉਸ ਤੋਂ ਬਾਅਦ ਮਦਰ ਡੇਰੀ ਨੇ ਵੀ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀਆਂ ਤੇ ਫਿਰ ਵੇਰਕਾ ਵੀ ਪਿੱਛੇ ਨਹੀਂ ਰਿਹਾ ਵੇਰਕਾ ਨੇ ਵੀ ਪੰਜਾਬ ਦੇ ਵਿੱਚ ਦੁੱਧ ਦਾ ਭਾਅ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤਾ ਹੈ ਮਦਰ ਡੇਰੀ ਦੇ ਦੁੱਧ ਦੀਆਂ ਨਵੀਆਂ ਕੀਮਤਾਂ ਫੁੱਲ ਕਰੀਮ ਦੁੱਧ 70 ਰੁਪਏ ਦਾ ਹੋਵੇਗਾ ਟੋਨ ਦੁੱਧ ਹੈ ਜਿਹੜਾ 56 ਰੁਪਏ ਪ੍ਰਤੀ ਲੀਟਰ ਡਬਲ ਟੋਨ ਦੁੱਧ 50 ਰੁਪਏ ਪ੍ਰਤੀ ਲੀਟਰ ਹੋਵੇਗਾ ਅਮੋਲ ਨੇ 3 ਰੁਪਏ ਪ੍ਰਤੀ ਲੀਟਰ ਦੁੱਧ ਦਾ ਰੇਟ ਵਧਾਇਆ ਹੈ ਤੇ ਜਿਹਦੇ ਨਾਲ ਮੱਝ ਦਾ ਦੁੱਧ ਅਮੋਲ ਦਾ ਹੁਣ 73 ਰੁਪਏ ਪ੍ਰਤੀ ਲੀਟਰ ਹੋ ਗਿਆ ਅੱਧਾ ਕਿਲੋ 34 ਰੁਪਏ ਦਾ ਮਿਲੇਗਾ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਦੇ ਮੁਤਾਬਕ ਤੇਜ਼ ਗਰਮੀ ਕਰਕੇ ਦੁੱਧ ਦੀ ਖਰੀਦ ਦੇ ਰੇਟ ਵਧਣ ਕਰਕੇ ਮਿਲਕ ਪਲਾਂਟ ਦੇ ਲਾਗਤ ਖਰਚੇ ਵੀ ਵਧੇ ਨੇ ਇਸੇ ਕਰਕੇ ਰੇਟਾਂ ਵਿੱਚ ਵਾਧਾ ਜ਼ਰੂਰੀ ਹੋ ਗਿਆ ਸੀ ਅੱਜ ਤੋਂ ਦੇਸ਼ ਭਰ ਦੇ ਟੋਲ ਪਲਾਜ਼ੇ ਵੀ ਮਹਿੰਗੇ ਹੋ ਗਏ ਨੇ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਨੇ 1 ਸਾਲ ਦੇ ਵਿੱਚ ਤੀਜੀ ਵਾਰੀ ਦਰਾਂ ਦੇ ਵਿੱਚ ਵਾਧਾ ਕੀਤਾ ਹੈ ਪੂਰੇ ਦੇਸ਼ ਦੇ ਵਿੱਚ 5 ਰੁਪਏ ਟੋਲ ਦਰਾਂ ਵਧਾਈਆਂ ਗਈਆਂ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੱਡੋਵਾਲ ਟੋਲ ਪਲਾਜ਼ਾ ਵੀ ਹੋਰ ਮਹਿੰਗਾ ਹੋ ਗਿਆ ਹੁਣ ਦਿੱਲੀ ਤੋਂ ਜਲੰਧਰ ਜਾਣ ਵਾਲੇ ਮੁਸਾਫਰਾਂ ਹਰਾਂ ਨੂੰ ਪਿਛਲੀਆਂ ਦਰਾਂ ਦੇ ਨਾਲੋਂ 5% ਵੱਧ ਪੈਸੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਣੇ ਪੈਣਗੇ ਨਵੇਂ ਰੇਟ ਵਨ ਵੇ ਦੇ ਲਈ 220 ਰੁਪਏ ਰਾਊਂਡ ਟ੍ਰਿਪ ਲਈ 330 ਮਾਸਿਕ ਪਾਸ 7360 ਰੁਪਏ ਦਾ ਬਣੇਗਾ ਵੋਟਾ ਖਤਮ ਹੋਣ ਦੇ ਨਾਲ ਨਾਲ ਪੰਜਾਬ ਦੇ ਵਿੱਚ ਪਾਣੀ ਦੀ ਸਪਲਾਈ ਤੇ ਵੀ ਕਟ ਲਾ ਦਿੱਤਾ ਗਿਆ ਪਟਿਆਲਾ ਦੇ ਕਈ ਪਿੰਡਾਂ ਤੋਂ ਸਾਨੂੰ ਖਬਰ ਮਿਲੀ ਹੈ ਕਿ ਪਾਣੀ ਦੀ ਸਪਲਾਈ 12 ਘੰਟਿਆਂ ਤੋਂ ਸਿੱਧਾ 8 ਘੰਟੇ ਘਟਾ ਕੇ 4 ਘੰਟੇ ਕਰ ਦਿੱਤੀ ਗਈ ਹੈ ਇੱਥੇ 1 ਮਹੀਨੇ ਤੋਂ ਮੋਟਰਾਂ ਵਾਲੀ ਸਪਲਾਈ ਸਵੇਰੇ 6 ਵਜੇ ਤੋਂ ਕਿ ਸ਼ਾਮ ਨੂੰ 6 ਵਜੇ ਤੱਕ ਚੱਲਦੀ ਸੀ ਜਿਵੇਂ ਹੀ ਪਰਸੋਂ ਵੋਟਾਂ ਦੀ ਪ੍ਰਕਿਰਿਆ ਪੰਜਾਬ ਦੇ ਵਿੱਚ ਮੁਕੰਮਲ ਹੋਈ ਇੱਕ ਦਿਨ ਬਾਅਦ ਹੀ ਪਾਣੀ ਦੀ ਸਪਲਾਈ ਦਾ ਨਵਾਂ ਸਕੈਡਿਊਲ ਜਾਰੀ ਕਰ ਦਿੱਤਾ ਗਿਆ ਜਿਦੇ ਵਿੱਚ ਪਾਣੀ ਦੀ ਸਪਲਾਈ ਹੁਣ ਸਿਰਫ 4 ਘੰਟਿਆਂ ਦੀ ਰਹਿ ਗਈ ਹੈ ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹਰੇਕ ਗਰੁੱਪ ਵਿੱਚ ਪਾਣੀ ਦੀ ਸਪਲਾਈ 4 ਘੰਟਿਆਂ ਲਈ ਦਿੱਤੀ ਜਾਵੇਗੀ ਪਹਿਲੇ ਗਰੁੱਪ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਪਾਣੀ ਦੀ ਸਪਲਾਈ ਆਵੇਗੀ ਤੇ ਦੂਸਰੇ ਗਰੁੱਪ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ 4 ਘੰਟਿਆਂ ਲਈ ਪਾਣੀ ਦਿੱਤਾ ਜਾਊਗਾ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸ਼ੇਅਰ ਬਾਜ਼ਾਰ ਹੌਂਕ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਿਆ ਹੈ ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਦੇ ਵਿੱਚ ਸੈਂਸੈਕਸ 2700 ਅੰਕ ਵਧ ਕੇ 76738 ਤੇ ਪਹੁੰਚ ਗਿਆ ਤੇ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ ਦਿਨਾਲੀ ਨਿਫਟੀ ਵੀ 23333 ਦੇ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਇਸ ਵਿੱਚ 650 ਤੋਂ ਵੱਧ ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਸ਼ੇਅਰ ਬਾਜ਼ਾਰ ਵਿੱਚ ਆਏ ਉਛਾਲ ਨਾਲ 12 ਲੱਖ ਕਰੋੜ ਨਿਵੇਸ਼ਕਾਂ ਦਾ ਫਾਇਦਾ ਹੋਇਆ ਹੈ ਡਾਲਰ ਦੇ ਮੁਕਾਬਲੇ ਰੁਪਈਆ 42 ਪੈਸੇ ਮਜ਼ਬੂਤ ਹੋਇਆ ਹੈ ਮੋਦੀ ਸਰਕਾਰ ਜਿੰਨਾ ਚਿਰ ਵੀ ਰਹੀ ਪੈਸਾ ਮਾਫ ਕਰਨਾ ਰੁਪਈਆ ਡਾਲਰ ਦੇ ਮੁਕਾਬਲੇ ਕਮਜ਼ੋਰ ਹੀ ਹੁੰਦਾ ਰਿਹਾ ਹੁਣ ਪਹਿਲੀ ਵਾਰੀ ਹੈ ਕਿ ਰੁਪਈਆ 42 ਪੈਸੇ ਮਜ਼ਬੂਤ ਹੋਇਆ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ ਹੁਣ 83 ਰੁਪਏ ਪ੍ਰਤੀ ਡਾਲਰ ਤੇ ਪਹੁੰਚ ਗਿਆ ਹੈ ਇਸ ਤੋਂ ਪਹਿਲਾਂ 83 ਰੁਪਈਏ 42 ਪੈਸੇ ਪ੍ਰਤੀ ਡਾਲਰ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਨਤੀਜਿਆਂ ਤੋਂ ਬਾਅਦ ਸ਼ੇਅਰ ਬਾਜ਼ਾਰ ਨਵਾਂ ਰਿਕਾਰਡ ਬਣਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਨੂੰ ਜੂਨ ਦੇ ਪਹਿਲੇ ਹਫ਼ਤੇ ਨੂੰ ਸ਼ਹੀਦੀ ਦਿਨਾਂ ਦੇ ਰੂਪ ਚ ਮਨਾਉਣ ਦੀ ਅਪੀਲ ਕੀਤੀ ਹੈ ਐਸਜੀਬੀਸੀ ਪ੍ਰਧਾਨ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਭਾਰਤੀ ਸਰਕਾਰ ਦੇ ਹੁਕਮਾਂ ਤੇ ਭਾਰਤੀ ਫੌਜ ਨੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਹਜ਼ਾਰਾਂ ਹੀ ਸਿੰਘ-ਸਿੰਗੀਆਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਸਿੱਖ ਸੰਗਤ ਬੜੇ ਹੀ ਦੁਖੀ ਹਿਰਦੇ ਨਾਲ ਯਾਦ ਕਰਦੀ ਹੈ ਐਸਜੀਬੀਸੀ ਪ੍ਰਧਾਨ ਨੇ ਦੱਸਿਆ ਕਿ ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦੇ ਹਾਂ ਪੰਜ ਸਿੰਘ ਸਹਿਬਾਨਾ ਨੇ ਹੁਕਮ ਜਾਰੀ ਕੀਤੇ ਨੇ ਕਿ 4 ਤੋਂ 6 ਜੂਨ ਤੱਕ ਸਾਰੇ ਸਿੱਖ ਕਾਲੀਆਂ ਦਸਤਾਰਾਂ ਸਜਾਉਣ ਤੇ ਸਿੱਖ ਬੀਬੀਆਂ ਕਾਲੇ ਦੁਪੱਟੇ ਲੈ ਕੇ ਫੌਜੀ ਹਮਲੇ ਪ੍ਰਤੀ ਆਪਣਾ ਅਰੋਸ ਜ਼ਾਹਿਰ ਕਰਨ ਐਡਵੋਕੇਟ ਧਾਮੀ ਨੇ ਕਿਹਾ ਕਿ 6 ਜੂਨ ਨੂੰ ਫੌਜੀ ਹਮਲੇ ਦੇ 40 ਸਾਲ ਪੂਰੇ ਹੋਣ ਜਾ ਰਹੇ ਨੇ ਤੇ ਸਿੱਖਾਂ ਦੇ ਜ਼ਖਮ ਹਾਲੇ ਵੀ ਅੱਲੇ ਨੇ ਇਸ ਵਾਰ ਪੰਜ ਸਿੰਘ ਸਹਿਬਾਨ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 4 ਤੋਂ 6 ਤਰੀਕ ਤੱਕ ਆ ਦੇਖੋ ਸਾਡੇ ਸਿਕਤਰ ਸਾਹਿਬ ਖੜੇ ਆ ਕਿ ਭਾਈ ਕਲਵਾਨ ਸੋਣੀ ਤਾਂ ਚਲੋ ਰਿਟਾਇਰ ਹੋ ਗਿਆ ਸਾਡੇ 2000 ਇੱਥੇ ਸਿਕਤਰ ਹੁੰਦੇ ਸੀ ਇਹ ਜਿੰਨੇ ਵੀ ਸਾਰੇ ਸਿਕਤਰ ਤੇ ਸਾਰਾ ਸਟਾਫ ਉਹ ਭਾਵੇਂ ਅੱਜ 3 ਤਰੀਕ ਆ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਆ ਇਹ 4 ਤੋਂ 6 ਤੱਕ ਸਾਰੇ ਖਾਲਸਾ ਫੰਤ ਨੂੰ ਇਹ ਹੁਕਮ ਹੈ ਪੇ ਵੱਧ ਤੋਂ ਵੱਧ ਸਾਰੇ ਬੀਬੀਆਂ ਕਾਲੇ ਦੁਪੱਟੇ ਤੇ ਜਿਹੜੇ ਸਿੰਘ ਆਪਣੇ ਸਿੰਘ ਹੈ ਉਹ ਕਾਲੀਆਂ ਦਸਤਾਰਾਂ ਸਜਾਉਣ ਉਹ ਤੋਂ ਇਲਾਵਾ ਕਿਉਂਕਿ ਬਹੁਤ ਲੋਕਾਂ ਦੀ ਭਾਰੀ ਆਮਦ ਹੁੰਦੀ ਆ 6 ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਸੰਗਤ ਜਿਹੜੀ ਆ ਪਹੁੰਚਦੀ ਆ ਤੇ ਮਹਾਨ ਸ਼ਹੀਦਾਂ ਨੂੰ ਆ ਕੇ ਆਪਣੇ ਨਤ ਮਾਸਤਕ ਵੀ ਹੁੰਦੀ ਹੈ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਨਾੜ ਸਾੜਨ ਦੇ ਮਾਮਲਿਆਂ ਵਿੱਚ 2023 ਦੇ ਮੁਕਾਬਲੇ 2024 ਦੇ ਵਿੱਚ 637 ਹੋਰ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹਰੇਕ ਸਾਲ 15 April ਤੋਂ 31 May ਤੱਕ ਨਾੜ ਸਾੜਨ ਦੇ ਮਾਮਲਿਆਂ ਦੀ ਨਿਗਰਾਨੀ ਕਰਦਾ ਹੈ 61 ਦਿਨਾਂ ਦੇ ਵਿੱਚ ਕਣਕ ਦੇ ਨਾੜ ਸਾੜਨ ਦੇ 11990 ਮਾਮਲੇ ਸਾਹਮਣੇ ਆਏ ਜਦਕਿ ਪਿਛਲੇ ਸਾਲ 11353 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਅਧਿਕਾਰੀਆਂ ਮੁਤਾਬਕ ਲੋਕ ਸਭਾ ਚੋਣਾਂ ਦੌਰਾਨ ਜ਼ਿਆਦਾਤਰ ਅਧਿਕਾਰੀ ਤੇ ਮੁਲਾਜ਼ਮ ਡਿਊਟੀ ਤੇ ਸਨ ਦੇ ਸਟਾਫ ਚੋਣ ਡਿਊਟੀ ਵਿੱਚ ਰੁੱਝੇ ਹੋਣ ਕਾਰਨ ਕਹਿੰਦੇ ਕਿਸਾਨਾਂ ਨੇ ਖੇਤਾਂ ਵਿੱਚ ਨਾੜ ਨੂੰ ਅੱਗ ਲਾ ਦਿੱਤੀ ਦਿੱਲੀ ਦੇ ਵਿੱਚ ਪਾਣੀ ਦੇ ਸੰਕਟ ਤੇ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਅੱਪਰ ਯਮਨਾ ਰਿਵਰ ਬੋਰਡ ਨੂੰ 5 ਜੂਨ ਨੂੰ ਐਮਰਜੈਂਸੀ ਮੀਟਿੰਗ ਸਰਦਨ ਲਈ ਕਿਹਾ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਕਿਹਾ ਕਿ ਸਾਰੇ ਸਬੰਧਿਤ ਸੂਬਿਆਂ ਦੇ ਨਾਲ ਗੱਲਬਾਤ ਕਰਕੇ ਦਿੱਲੀ ਦੇ ਸੰਕਟ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਲੋੜ ਹੈ हिमाचल प्रदेश सरकार ने सुप्रीम कोर्ट से दसया कि दिल्ली नु पानी देने ਲਈ ਅਸੀਂ ਤਿਆਰ ਹਾਂ ਹਰਿਆਣਾ ਸਰਕਾਰ ਨੇ ਐਸਸੀ ਵਿੱਚ ਪਾਣੀ ਦੇਣ ਦਾ ਵਿਰੋਧ ਕੀਤਾ 5 ਜੂਨ ਨੂੰ ਕੇਂਦਰ ਸਰਕਾਰ ਹਰਿਆਣਾ ਸਰਕਾਰ ਹਿਮਾਚਲ ਪ੍ਰਦੇਸ਼ ਤੇ ਦਿੱਲੀ ਸਰਕਾਰ ਦੀ ਹੰਗਾਮੀ ਬੈਠਕ ਪਾਣੀ ਦੇ ਮੁੱਦੇ ਤੇ ਹੋਵੇਗੀ ਪੰਜਾਬ ਦੇ ਵਿੱਚ ਹੋਣ ਵਾਲੀਆਂ ਸਿਆਸੀ ਰੈਲੀਆਂ ਵਿੱਚ ਸਰਕਾਰੀ ਬੱਸਾਂ ਦੀ ਦੁਰਵਰਤੋਂ ਦੇ ਮਾਮਲੇ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਅਦਾਲਤ ਨੇ ਸਰਕਾਰ ਨੂੰ 21 ਅਗਸਤ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ ਮਾਨਕ ਗੋਇਲ ਜਿਹੜੇ ਕਿ ਆਰਟੀਆਈ ਐਕਟੀਵਿਸਟ ਨੇ ਮਾਨਸਾ ਜ਼ਿਲ੍ਹੇ ਦੇ ਉਹਨਾਂ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਪਟੀਸ਼ਨ ਦੇ ਵਿੱਚ ਗੋਇਲ ਨੇ ਕਿਹਾ ਕਿ ਜਦੋਂ ਵੀ ਸਰਕਾਰ ਵੱਲੋਂ ਰੈਲੀਆਂ ਵਗੈਰਾ ਕੀਤੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਲਵਾੜਾ ਦੇ ਪਿੰਡ ਪਵਨੌਰ ਦੇ ਸੂਬੇਦਾਰ ਜਗਜੀਵਨ ਰਾਮ ਭਾਰਤੀ ਫੌਜ ਦੇ ਜੰਮੂ ਕਸ਼ਮੀਰ ਦੇ ਕੁੱਪਵਾੜਾ ਦੇ ਵਿੱਚ ਤਾਇਨਾਤ ਸਨ ਐਤਵਾਰ ਨੂੰ ਡਿਊਟੀ ਕਰਦੇ ਹਾਂ ਜਗਜੀਵਨ ਰਾਮ ਦੇਸ਼ ਤੇ ਲਈ ਸ਼ਹੀਦ ਦੀ ਪਾਗੇ ਸ਼ਹੀਦ ਸੁਬਿਦਾਰ ਜਗਜੀਵਨ ਰਾਮ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ਜੋ ਕਿ ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਤਾਇਨਾਤ ਹੈ ਉੱਥੇ ਆਪਣੀ ਡਿਊਟੀ ਨਿਭਾ ਰਹੇ ਸਨ ਸ਼ਹੀਦ ਜਗਜੀਵਨ ਰਾਮ ਦਾ ਅੰਤਿਮ ਸੰਸਕਾਰ ਪਿੰਡ ਪਵਨੌਰ ਦੇ ਵਿੱਚ ਬਾਅਦ ਦੁਪਹਿਰ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਆਖਰੀ ਵਿਦਾਇਏ ਪੂਰੇ ਫੌਜੀ ਸਨਮਾਨ ਨਾਲ ਦਿੱਤੀ ਗਈ। ਜ਼ਾਹਰ ਤੌਰ ਤੇ ਪਰਿਵਾਰ ਸਮੇਤ ਇਲਾਕੇ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਸੀ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ। ਦਿੱਲੀ ਦੀ ਅਦਾਲਤ ਨੇ ਕਥਿਤ ਆਗੂਕਾਰਿਕ ਊਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਬੀਆਰਐਸ ਲੀਡਰ ਕੇ ਕਵਿਤਾ ਦੀ ਨਿਆਂਇਕ ਹਿਰਾਸਤ ਨੂੰ 3 ਜੁਲਾਈ ਤੱਕ ਵਧਾ ਦਿੱਤਾ ਹੈ। ਤੀਬਤ ਦੇ ਅਧਿਆਤਮਿਕ ਲੀਡਰ ਦਲਾਈ ਲਾਮਾ ਡਾਕਟਰੀ ਇਲਾਜ ਦੇ ਲਈ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨਗੇ ਇਹ ਜਾਣਕਾਰੀ ਉਹਨਾਂ ਦੇ ਦਫ਼ਤਰ ਨੇ ਦਿੱਤੀ ਕਿ 20 ਜੂਨ ਤੋਂ ਅਗਲੇ ਨੋਟਿਸ ਤੱਕ ਉਹਨਾਂ ਦੇ ਕੋਈ ਰੁਝੇਵੇਂ ਨਹੀਂ ਹੋਣਗੇ ਦਲਾਈ ਲਾਮਾ ਆਪਣੇ ਗੋਡਿਆਂ ਦੇ ਇਲਾਜ ਲਈ ਅਮਰੀਕਾ ਜਾਣਗੇ ਤੇ ਵਾਪਸ ਪਰਤ ਕੇ ਆਪਣੇ ਨਿਯਮਿਤ ਰੁਝੇਵੇਂ ਸ਼ੁਰੂ ਕਰਨਗੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ 23 ਸਾਲਾ ਭਾਰਤੀ ਵਿਦਿਆਰਥੀ ਪਿਛਲੇ ਹਫਤੇ ਤੋਂ ਲਾਪਤਾ ਹੈ ਤੇ ਪੁਲਿਸ ਉਸ ਵਿਦਿਆਰਥੀ ਨੂੰ ਲੱਭਣ ਦੇ ਵਿੱਚ ਲੋਕਾਂ ਦੀ ਮਦਦ ਮੰਗ ਰਹੀ ਹੈ ਪੁਲਿਸ ਮੁਤਾਬਕ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡ ਨੋ ਦੀ ਵਿਦਿਆਰਥਣ ਨਿਤਿਸ਼ਾ ਕੰਦੂਲਾ 28 ਮਈ ਨੂੰ ਲਾਪਤਾ ਹੋ ਗਈ ਸੀ ਸੀਐਸਯੂਐਸਬੀ ਦੇ ਪੁਲਿਸ ਮੁਖੀ ਜੌਨ ਗੁਟੇਰਸ ਨੇ ਐਕਸ ਤੇ ਪੋਸਟ ਕਰਦਿਆਂ ਕਿਹਾ ਹੈ ਕਿ ਵਿਦਿਆਰਥਣ ਨੂੰ ਆਖਰੀ ਵਾਰ ਐਲਈ ਦੇ ਵਿੱਚ ਯਾਨੀ ਕਿ ਲਾਸ ਐਂਜਲਸ ਦੇ ਵਿੱਚ ਦੇਖਿਆ ਗਿਆ ਸੀ 30 ਮਈ ਨੂੰ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਗਈ ਹੈ ਪੁਲਿਸ ਨੇ ਦੱਸਿਆ ਕਿ ਕੰਧੂਲਾ ਦਾ ਕੱਦ 5 ਫੁੱਟ 6 ਇੰਚ ਹੈ ਉਸਦੇ ਵਾਲ ਕਾਲੇ ਨੇ ਅੱਖਾਂ ਕਾਲੀਆਂ ਨੇ ਭਾਰ ਲਗਭਗ 72.5 ਕਿਲੋ ਦੱਸਿਆ ਗਿਆ ਯਾਨੀ ਕਿ ਸਾਢੇ 72 ਕਿਲੋ ਹੈ ਆਸਟ੍ਰੇਲੀਆ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਅਲਬਾਨੀ ਸਰਕਾਰ ਦੇ ਇੱਕ ਫੈਸਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੜਿਆ ਹੈ ਪਾਰਥ ਦੇ ਵਿੱਚ 3000 ਤੋਂ ਵੱਧ ਆਸਟ੍ਰੇਲੀਆ ਦੇ ਕਿਸਾਨ ਟਰੱਕ ਡਰਾਈਵਰ ਉਨਕਟਣ ਵਾਲੇ ਤੇ ਉਹਨਾਂ ਦੇ ਪਰਿਵਾਰ ਲਾਈਵ ਪੇਡਾਂ ਦੀ ਬਰਾਮਤ ਤੇ ਰੋਕ ਦੇ ਵਿਰੋਧ ਲਈ ਇਕੱਠੇ ਹੋਏ ਨੇ ਇਹ پابੰਦੀ 2028 ਦੇ ਵਿੱਚ ਹਾਲਾਂਕਿ ਲਾਗੂ ਹੋਣੀ ਹੈ ਪਰ ਇੱਥੇ ਚਿੰਤਾ ਵੱਧ ਗਈ ਹੈ ਕਿ ਇਸ ਉਦਯੋਗ ਤੇ ਬਹੁਤ ਜ਼ਿਆਦਾ ਨਿਰਭਰ ਖੇਤਰੀ ਭਾਈਚਾਰਿਆਂ ਦੇ ਲਈ ਇਹ ਫੈਸਲਾ ਵਿਨਾਸ਼ਕਾਰੀ ਹੋਵੇਗਾ 1500 ਤੋਂ ਵੱਧ ਯੂਟੀ ਟਰੱਕਾਂ ਤੇ ਟਰੈਕਟਰਾਂ ਦੇ ਵਿੱਚ ਕਿਸਾਨਾਂ ਨੇ ਆਪਣੀ ਨਿਰਾਸ਼ਾ ਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਮੌਜੂਦਾ ਅਲਬਾਨੀ ਸਰਕਾਰ ਤੋਂ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਸਥਾਨਕ ਲੋਕਾਂ ਨੂੰ ਡਰ ਹੈ ਕਿ ਇਸ ਪਾਬੰਦੀ ਦੇ ਨਾਲ ਦੇਸ਼ ਦੇ ਸ਼ਹਿਰਾਂ ਦੇ ਵਿੱਚ ਲੋਕਾਂ ਦਾ ਰੋਜ਼ਗਾਰ ਤਬਾਹ ਹੋਵੇਗਾ ਤੇ ਉਹਨਾਂ ਦੀ ਆਪਣੀ ਰੋਜ਼ੀ-ਰੋਟੀ ਵੀ ਤਬਾਹ ਹੋ ਜਾਵੇਗੀ ਕਿਸਾਨ ਵੇਸ ਹੈਗੋਬੂਮ ਨੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਫੈਡਰਲ ਸਰਕਾਰ ਸਾਡੇ ਵਿਰੋਧ ਦੇ باوجود ਵੀ ਪਿੱਛੇ ਨਹੀਂ हट ਰਹੀ ਪਰ ਕਿਉਂਕਿ ਫੈਸਲਾ ਕਈ ਸਾਲ ਅੱਗੇ 2028 ਦੇ ਵਿੱਚ ਲਾਗੂ ਹੋਣਾ ਹੈ ਹੋ ਸਕਦਾ ਹੈ ਕਿ ਉਦੋਂ ਤੱਕ ਆਸਟ੍ਰੇਲੀਆ ਦੇ ਕਿਸਾਨ ਆਪਣੀ ਸਰਕਾਰ ਤੋਂ ਆਪਣੀ ਮੰਗ ਨੂੰ ਮਨਵਾ ਸਕਣ ਤੇ ਫੈਸਲਾ ਵਾਪਸ ਕਰਵਾ ਸਕਣ ਕਲਾਉਡੀਆ ਸ਼ੈਨਬੋਮ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੀ ਗਈ ਹੈ ਚੋਣਾਂ ਦੇ ਵਿੱਚ ਕਲਾਉਡੀਆ ਨੂੰ ਵੱਡੀ ਜਿੱਤ ਮਿਲੀ ਹੈ ਮੈਕਸੀਕੋ ਦੇ ਚੋਣ ਕਮਿਸ਼ਨ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ 61 ਸਾਲਾ ਕਲਾਉਡੀਆ 58 ਤੋਂ 60% ਵੋਟਾਂ ਹਾਸਲ ਕਰਕੇ ਜੇਤੂ ਬਣੀ ਹੈ ਮੈਕਸੀਕੋ ਦੇ ਵਿੱਚ ਐਤਵਾਰ ਨੂੰ ਵੋਟਾਂ ਪਈਆਂ ਇਹਨਾਂ ਵੋਟਾਂ ਦੇ ਵਿੱਚ ਕਲਾਉਡੀਆ ਦੇ ਸਾਹਮਣੇ ਇੱਕ ਮਹਿਲਾ ਉਮੀਦਵਾਰ ਹੀ ਜਿਸ ਦਾ ਨਾਮ ਸ਼ੋਰਚਿਲ ਗਾਲਵੇਸਿਕ ਕਲਾਉਡੀਆ ਮੁਕਾਬਲੇ ਦੇ ਵਿੱਚ ਸ਼ੋਰਚਿਲ ਨਾਲੋਂ 30% ਦੀ ਵੋਟਾਂ ਲੈ ਕੇ ਅੱਗੇ ਰਹੀ ਸ਼ੋਰਚਿਲ ਇੱਕ ਕਾਰੋਬਾਰੀ ਹੈ ਤੇ ਕਲਾਉਡੀਆ ਮੈਕਸੀਕੋ ਸਿਟੀ ਦੀ ਮੇਅਰ ਰਹਿ ਚੁੱਕੀ ਹੈ ਕਲਾਉਡੀਆ ਆਪਣੇ ਸਲਾਹਕਾਰ ਤੇ ਮੈਕਸੀਕਨ ਰਾਸ਼ਟਰਪਤੀ ਐਂਡ੍ਰਸ ਮੈਨੂਅਲ ਲੋਪੇਸ Obrador ਦੀ ਥਾਂ ਲਵੇਗੀ 1 ਅਕਤੂਬਰ ਤੱਕ ਲੋਪੇਸ ਇਸ ਅਹੁਦੇ ਤੇ ਬਣੇ ਰਹਿਣਗੇ ਉਸ ਤੋਂ ਬਾਅਦ ਕਲਾਉਡੀਆ ਦਾ ਸੌਂਚੁਕ ਸਮਾਗਮ ਹੋਵੇਗਾ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਥੇ ਹੀ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਧੰਨਵਾਦ